असी दो शख्स जिहड़े के बड़े शातर ते जिहनू कह दो नामवर जिहड़े क्रिमिनल है उन्हां नू फड़न दे विच कामयाब होए हैं, जिहदे विचों जिन्हां कोले यूपी बेंगलौर हरियाणा बंगलौर मतलब कर्नाटका ते उत्तर प्रदेश ते पंजाब दे वख-वख जिलियां दे विच मुकदमे है। एक दोषी दे उत्ते लगभग जिहड़े 19 मुकदमे है जिहड़े कतल तो लैके लुटखो ते स्नैचिंग दे है। दूजे दे उत्ते 16 मुकदमे है जिहदे विचों 3 पंजाब 2 बेंगलौर 10 हरियाणा 1 उत्तर प्रदेश ते इहदे विच इहनां ते मुकदमे दर्ज है। ਅਤੇ ਉਹ ਬੇਸਿਕ ਇਹਨਾਂ ਦਾ ਢੰਗ ਜਿਹੜਾ ਕਿ ਜਿਹੜੀਆਂ ਔਰਤਾਂ ਜਾਂ ਲੇਡੀਜ਼ ਨੂੰ ਟਾਰਗੇਟ ਕਰਕੇ ਉਹਨਾਂ ਦੇ ਕੰਨਾਂ ਦੀਆਂ ਵਾਲੀਆਂ ਸਨੈਚ ਕਰਨੀਆਂ ਅਤੇ ਜਾਂ ਉਹਨਾਂ ਦੇ ਜਿਹੜੇ ਆ ਚੇਨਾਂ ਸਨੈਚ ਕਰਨੀਆਂ ਅਤੇ ਉਹਨਾਂ ਦੇ ਸੱਟ ਮਾਰਨੀ ਅਤੇ ਉਹਨਾਂ ਨੂੰ ਜ਼ਬਰਦਸਤੀ ਉਹਨਾਂ ਤੋਂ ਕਰਨਾ, ਜਿਹਦੇ ਕਰਕੇ ਇਹਨਾਂ ਦੇ ਵੱਖ ਵੱਖ ਸਟੇਟਾਂ ਦੇ ਵਿੱਚ ਇਹਨਾਂ ਦੇ ਪਰਚੇ ਦਰਜ ਹੈ। ਮਰਡਰ ਦਾ ਵੀ ਪਰਚਾ ਦਰਜ ਹੈ, 307 ਦਾ ਵੀ ਪਰਚਾ ਦਰਜ ਹੈ। ਸਾਡੀ ਇਤਲਾਹ ਮਿਲੀ ਸੀ ਪੁਲਿਸ ਪਾਰਟੀ ਨੂੰ ਅਤੇ ਸਾਡੇ ਅਫਸਰ ਦੇ ਉਹਦੇ ਵਿੱਚੋਂ ਅਸੀਂ ਇਨਫੋਰਮੇਸ਼ਨ ਨੂੰ ਡਿਵੈਲਪ ਕਰਕੇ ਪਰਚਾ ਦਰਜ ਕੀਤਾ। ਉਹਦੇ ਵਿੱਚੋਂ ਫਿਰ ਇਹਨਾਂ ਨੂੰ ਜਦੋਂ ਇਹਨਾਂ ਨੂੰ ਘੇਰ ਲਿਆ ਸੀ ਫੋਰਸ ਨੇ ਅਤੇ ਅਲਟੀਮੇਟਲੀ ਇਹ ਭੱਜਦੇ ਇੱਕ ਮਕਾਨ 'ਚ ਵੜ ਗਏ, ਉਹਦੇ ਵਿੱਚੋਂ ਇਹਨਾਂ ਨੇ ਛਾਲਾਂ ਮਾਰਤੀਆਂ। ਛਾਲਾਂ ਮਾਰਨ ਕਾਰਨ ਇਹਨਾਂ ਦੇ ਸੱਟਾਂ ਵੱਜੀਆਂ ਜਿਹੜੀਆਂ ਕਿ ਕਾਫੀ ਸੀਵੀਅਰ ਸੀ, ਪਰ ਪੁਲਿਸ ਨੇ ਬੜਾ ਜਿਹਨੂੰ ਕਹਿ ਦਿਓ ਕਪੈਸ਼ਨੇਟਲੀ ਅਤੇ ਉਹਦੇ 'ਚ ਇਹਨਾਂ ਦੀ ਜਾਨ ਨੂੰ ਬਚਾਉਣ ਲਈ ਪੂਰੇ ਐਫਰਟ ਕਰਕੇ ਇਹਨਾਂ ਨੂੰ ਹੋਸਪਿਟਲ ਪਹੁੰਚਾਇਆ। ਇੱਕ ਦੇ ਬਾਂਹ 'ਤੇ ਪਲਸਤਰ ਲੱਗਿਆ, ਇੱਕ ਦੇ ਪੈਰ 'ਤੇ ਅਤੇ ਪੈਰ 'ਤੇ ਬਾਂਹ 'ਤੇ ਲੱਗਿਆ, ਦੂਜੇ ਦੀ ਲੱਤ 'ਤੇ ਉਹਦੇ ਪਲਸਤਰ ਲੱਗਿਆ। ਪਰ ਉਹਦੇ 'ਚੋਂ ਅਸੀਂ ਇਹਨਾਂ ਦੀ ਟਾਈਮਲੀ ਮੈਡੀਕਲ ਹੈਲਪ ਦੇ ਕੇ ਇਹਨਾਂ ਦੀ ਜਾਨ ਬਚਾਉਣ 'ਚ ਕਾਮਯਾਬ ਹੋਏ ਹਾਂ। ਪੰਜਾਬ ਹਰਿਆਣਾ ਯੂਪੀ ਕਰਨਾਟਕਾ ਇਹਨਾਂ ਦੇ ਵਿੱਚ ਮੁਕੱਦਮੇ ਦਰਜ ਹੈ ਅਤੇ ਇਹਨੂੰ ਕਹਿ ਸਕਦੇ ਹਾਂ ਹਾਰਡਨਡ ਜਿਹੜੇ ਇਹਦੇ 'ਚੋਂ, ਕਿਉਂਕਿ ਵਾਰ ਵਾਰ ਜੇਲ੍ਹ ਜਾਂਦੇ ਆ, ਵਾਰ ਵਾਰ ਵਾਪਸ ਆਉਂਦੇ ਆ ਜ਼ਮਾਨਤ ਲੈ ਕੇ। ਇੱਕ ਇਹਨਾਂ ਦੇ ਅੰਬਾਲਾ ਅਤੇ ਇੱਕ ਪਾਣੀਪਤ ਜੇਲ੍ਹ ਦੇ ਵਿੱਚੋਂ ਵੀ ਹੁਣੇ ਜ਼ਮਾਨਤ ਆਏ ਆ।